ਗੱਲ ਕਰਾਂਗੇ ਪੰਜਾਬ ਦੇ ਵਿੱਚ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰਾਂ ਦੇ ਦਰਮਿਆਨ ਹੋਣ ਜਾ ਰਹੀ ਡਿਬੇਟ ਨੂੰ ਲੈ ਕੇ ਐਸਵਾਈਐਲ ਅਤੇ ਪੰਜਾਬ ਦੇ ਹੋਰ ਮੁੱਦਿਆਂ ਤੇ ਬਹਿਸ ਨੂੰ ਲੈ ਕੇ ਹੁਣ ਸਿਆਸਤ ਲਗਾਤਾਰ ਗਰਮਾਈ ਹੋਈ ਹੈ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੋਧੀਆਂ ਨੂੰ ਵੰਗਾਰ ਦੇ ਨਜ਼ਰ ਆ ਰਹੇ ਹਨ ਤੇ ਦੂਜੇ ਪਾਸੇ ਹੁਣ ਵਿਰੋਧੀ ਲੀਡਰ ਸੀਐਮ ਮਾਨ ਤੇ ਨਿਸ਼ਾਨੇ ਸਾਧ ਰਹੇ ਹੈ ਤੇ ਲੜਾਈ ਜੋ ਹੈ ਹੁਣ ਨਿੱਜੀ ਪੱਧਰ ਤੱਕ ਪਹੁੰਚ ਚੁੱਕੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਨੇ ਸੀਐਮ ਮਾਨ ਤੇ ਨਿੱਜੀ ਹਮਲਾ ਕੀਤਾ ਹੈ ਉਹਨਾਂ ਨੇ ਸੀਐਮ ਮਾਨ ਨੂੰ ਸਵਾਲ ਕੀਤਾ ਕਿ ਬੋਤਲ ਹੀ ਨਾਲ ਲੈ ਕੇ ਆਉਣਗੇ ਦਰਅਸਲ ਵਿਕਰਮ ਮਜੀਠੀਆ ਦੇ ਵੱਲੋਂ ਟਵੀਟ ਕੀਤਾ ਗਿਆ ਟਵੀਟ ਦੇ ਵਿੱਚ ਉਹਨਾਂ ਨੇ ਲਿਖਿਆ ਮਾਨ ਸਾਹਿਬ ਤੁਸੀਂ ਪੈਗ ਲਾ ਕੇ ਆਉਂਗੇ ਜਾਂ ਫਿਰ ਬੋਤਲ ਹੀ ਨਾਲ ਲੈ ਕੇ ਆਉਂਗੇ ਕਿਉਂਕਿ ਜੂਸ ਕੋਕ ਪੀਜ਼ਾ ਬਲੈਕ ਕਾਫੀ ਦੇ ਨਾਲ ਤਾਂ ਤੁਹਾਡਾ ਸਰਨਾ ਨਹੀਂ ਹਾਜ਼ਮੇ ਦੇ ਲਈ ਕੁਝ ਤਾਂ ਚਾਹੀਦਾ ਹੋਣਾ ਆਪ ਜੀ ਨੂੰ ਸੋ ਇੱਕ ਨਿੱਜੀ ਹਮਲਾ ਆਪਾਂ ਕਹਿ ਸਕਦੇ ਹਾਂ ਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸੀਐਮ ਮਾਨਤੇ ਕੀਤਾ ਗਿਆ ਤੇ ਉਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਮੈਂ ਇਕੱਲੀ ਐਸਵਾਈਐਲ ਤੇ ਬਹਿਸ ਨਹੀਂ ਕਰਨੀ ਜਦੋਂ ਦਾ ਪੰਜਾਬ ਸੂਬਾ ਬਣਿਆ ਉਦੋਂ ਤੋਂ ਲੈ ਕੇ ਪੰਜਾਬੀਆਂ ਦੇ ਸਾਰੇ ਮਸਲਿਆਂ ਤੇ ਬਹਿਸ ਕਰਾਂਗੇ ਹੁਣ ਤੱਕ ਉਹਨਾਂ ਨੇ ਹੀ ਰਾਜਕੀਤ ਤਾਂ ਆਓ ਬਹਿਸ ਕਰੀਏ ਤੇ ਲੋਕਾਂ ਦੇ ਸਾਹਮਣੇ ਸੱਚ ਰੱਖੀਏ ਸੋ ਇਹ ਟਵੀਟ ਜੋ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕੀਤਾ ਗਿਆ ਜਿਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਇਹ ਡਿਬੇਟ ਹੋਵੇਗੀ ਤਾਂ ਮੈਂ ਕੱਲੇ ਐਸਓਆਈਐਲ ਦੇ ਮੁੱਦੇ ਤੇ ਡਿਬੇਟ ਨਹੀਂ ਕਰਨੀ ਬਲਕਿ ਪੰਜਾਬ ਦੇ ਸਾਰੇ ਮੁੱਦਿਆਂ ਤੇ ਬਹਿਸ ਕਰਨੀ ਹੈ ਕਿਉਂਕਿ ਜਦੋਂ ਤੋਂ ਪੰਜਾਬ ਸੂਬਾ ਬਣਿਆ ਤਾਂ ਰਵਾਇਤੀ ਪਾਰਟੀਆਂ ਦੇ ਵੱਲੋਂ ਹੀ ਰਾਜ ਕੀਤਾ ਗਿਆ ਤਾਂ ਸਾਰੇ ਮੁੱਦਿਆਂ ਤੇ ਡਿਬੇਟ ਹੋਵੇਗੀ ਸਾਰੇ ਮੁੱਦਿਆਂ ਤੇ ਬਹਿਸ ਹੋਵੇਗੀ ਤਾਂ ਕਿ ਪੰਜਾਬ ਦੀ ਜੋ ਸੱਚਾਈ ਹੈ ਉਹ ਪੰਜਾਬ ਦੇ ਆਮ ਲੋਕਾਂ ਦੇ ਸਾਹਮਣੇ ਰੱਖੀ ਜਾ ਸਕੇ ਕਿ ਆਖਿਰ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਕੀਤੀਆਂ ਸੋ ਇਹ ਡਿਬੇਟ ਨੂੰ ਲੈ ਕੇ ਹੁਣ ਜੋ ਪੰਜਾਬ ਦੀ ਸਿਆਸਤ ਹੈ ਲਗਾਤਾਰ ਗਰਮਾਉਂਦੀ ਨਜ਼ਰ ਆ ਰਹੀ ਹੈ ਸਿਆਸਤ ਤੋਂ ਲੈ ਕੇ ਹੁਣ ਨਿੱਜੀ ਹਮਲਿਆਂ ਤੱਕ ਇਹ ਲੜਾਈ ਪਹੁੰਚ ਚੁੱਕੀ ਹੈ ਕੱਲ ਕਰਾਂਗੇ ਪੰਜਾਬ ਦੇ ਵਿੱਚ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰਾਂ ਦੇ ਦਰਮਿਆਨ ਹੋਣ ਜਾ ਰਹੀ ਡਿਬੇਟ ਨੂੰ ਲੈ ਕੇ ਐਸਵਾਈਐਲ ਅਤੇ ਪੰਜਾਬ ਦੇ ਹੋਰ ਮੁੱਦਿਆਂ ਤੇ ਬਹਿਸ ਨੂੰ ਲੈ ਕੇ ਹੁਣ ਸਿਆਸਤ ਲਗਾਤਾਰ ਗਰਮਾਈ ਹੋਈ ਹੈ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੋਧੀਆਂ ਨੂੰ ਵੰਗਾਰ ਦੇ ਨਜ਼ਰ ਆ ਰਹੇ ਹੈ ਤੇ ਦੂਜੇ ਪਾਸੇ ਹੁਣ ਵਿਰੋਧੀ ਲੀਡਰ ਸੀਐਮ ਮਾਨ ਤੇ ਨਿਸ਼ਾਨੇ ਸਾਧ ਰਹੇ ਹੈ ਤੇ ਇਹ ਲੜਾਈ ਜੋ ਹੈ ਹੁਣ ਨਿੱਜੀ ਪੱਧਰ ਤੱਕ ਪਹੁੰਚ ਚੁੱਕੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਨੇ ਸੀਐਮ ਮਾਨ ਤੇ ਨਿੱਜੀ ਹਮਲਾ ਕੀਤਾ ਹੈ ਉਹਨਾਂ ਨੇ ਸੀਐਮ ਮਾਨ ਨੂੰ ਸਵਾਲ ਕੀਤਾ ਬੋਤਲੀ ਨਾਲ ਲੈ ਕੇ ਆਉਣਗੇ ਦਰਅਸਲ ਵਿਕਰਮ ਮਜੀਠੀਆ ਦੇ ਵੱਲੋਂ ਟਵੀਟ ਕੀਤਾ ਗਿਆ ਟਵੀਟ ਦੇ ਵਿੱਚ ਉਹਨਾਂ ਨੇ ਲਿਖਿਆ ਮਾਨ ਸਾਹਿਬ ਤੁਸੀਂ ਪੈਗ ਲਾ ਕੇ ਆਉਂਗੇ ਜਾਂ ਫਿਰ ਬੋਤਲੀ ਨਾਲ ਲੈ ਕੇ ਆਉਂਗੇ ਕਿਉਂਕਿ ਜੂਸ ਕੋਕ ਪੀਜ਼ਾ ਬਲੈਕ ਕਾਫੀ ਦੇ ਨਾਲ ਤਾਂ ਤੁਹਾਡਾ ਸਰਨਾ ਨਹੀਂ ਹਾਜ਼ਮੇ ਦੇ ਲਈ ਕੁਝ ਤਾਂ ਚਾਹੀਦਾ ਹੋਣਾ ਆਪ ਜੀ ਨੂੰ ਸੋ ਇੱਕ ਨਿੱਜੀ ਹਮਲਾ ਆਪਾਂ ਕਹਿ ਸਕਦੇ ਹਾਂ ਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸੀਐਮ ਮਾਨਤੇ ਕੀਤਾ ਗਿਆ ਤੇ ਉਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਮੈਂ ਇਕੱਲੀ ਐਸਵਾਈਐਲ ਤੇ ਬਹਿਸ ਨਹੀਂ ਕਰਨੀ ਜਦੋਂ ਦਾ ਪੰਜਾਬ ਸੂਬਾ ਬਣਿਆ ਉਦੋਂ ਤੋਂ ਲੈ ਕੇ ਪੰਜਾਬੀਆਂ ਦੇ ਸਾਰੇ ਮਸਲਿਆਂ ਤੇ ਬਹਿਸ ਕਰਾਂਗੇ ਹੁਣ ਤੱਕ ਉਹਨਾਂ ਨੇ ਹੀ ਰਾਜਕੀਤ ਤਾਂ ਆਓ ਬਹਿਸ ਕਰੀਏ ਤੇ ਲੋਕਾਂ ਦੇ ਸਾਹਮਣੇ ਸੱਚ ਰੱਖੀਏ ਸੋ ਇਹ ਟਵੀਟ ਜੋ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕੀਤਾ ਗਿਆ ਜਿਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਇਹ ਡਿਬੇਟ ਹੋਵੇਗੀ ਤਾਂ ਮੈਂ ਇਕੱਲੇ ਐਸਓਆਈਐਲ ਦੇ ਮੁੱਦੇ ਤੇ ਡਿਬੇਟ ਨਹੀਂ ਕਰਨੀ ਬਲਕਿ ਪੰਜਾਬ ਦੇ ਸਾਰੇ ਮੁੱਦਿਆਂ ਤੇ ਬਹਿਸ ਕਰਨੀ ਹੈ ਕਿਉਂਕਿ ਜਦੋਂ ਤੋਂ ਪੰਜਾਬ ਸੂਬਾ ਬਣਿਆ ਤਾਂ ਰਵਾਇਤੀ ਪਾਰਟੀਆਂ ਦੇ ਵੱਲੋਂ ਹੀ ਰਾਜ ਕੀਤਾ ਗਿਆ ਤਾਂ ਸਾਰੇ ਮੁੱਦਿਆਂ ਤੇ ਡਿਬੇਟ ਹੋਵੇਗੀ ਸਾਰੇ ਮੁੱਦਿਆਂ ਤੇ ਬਹਿਸ ਹੋਵੇਗੀ ਤਾਂ ਕਿ ਪੰਜਾਬ ਦੀ ਜੋ ਸੱਚਾਈ ਹੈ ਉਹ ਪੰਜਾਬ ਦੇ ਆਮ ਲੋਕਾਂ ਦੇ ਸਾਹਮਣੇ ਰੱਖੀ ਜਾ ਸਕੇ ਕਿ ਆਖਿਰ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਕੀਤੀਆਂ ਸੋ ਇਹ ਡਿਬੇਟ ਨੂੰ ਲੈ ਕੇ ਹੁਣ ਜੋ ਪੰਜਾਬ ਦੀ ਸਿਆਸਤ ਹੈ ਲਗਾਤਾਰ ਗਰਮਾਉਂਦੀ ਨਜ਼ਰ ਆ ਰਹੀ ਹੈ ਸਿਆਸਤ ਤੋਂ ਲੈ ਕੇ ਹੁਣ ਨਿੱਜੀ ਹਮਲਿਆਂ ਤੱਕ ਇਹ ਲੜਾਈ ਪਹੁੰਚ ਚੁੱਕੀ ਹੈ